ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਸਾਰਿਆਂ ਨੂੰ ਮੇਰੇ ਚੈਨਲ ਇਸ ਕੁਕ ਬਲੌਗਸ ਵਿਦ ਪੂਨੀਆ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਰਾਜਸਥਾਨੀ ਕੜੀ ਪਕੌੜਾ ਜਿਹੜੀ ਕਿ ਬਣਾਉਣੀ ਬਹੁਤ ਈਜ਼ੀ ਹੈ ਤੇ ਬਹੁਤ ਹੀ ਆਪਾਂ ਜਲਦੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਚਲੋ ਰਾਜਸਥਾਨੀ ਜਿਹੜੀ ਇਹ ਕੜੀ ਹੈ ਆਪਾਂ ਬਣਾਉਣੀ ਸ਼ੁਰੂ ਕਰੀਏ ਆਪਾਂ ਅੱਜ ਬਣਾਵਾਂਗੇ ਰਾਜਸਥਾਨੀ ਕੜੀ ਰਾਜਸਥਾਨੀ ਕੜੀ ਬਣਾਉਣ ਦੇ ਲਈ ਇੱਕ ਜਿਹੜਾ ਫੁੱਲ ਕੱਪ ਹੈ ਮੈਂ ਦਹੀਂ ਦਾ ਲੈ ਲਿਆ ਅਤੇ ਆਪਾਂ ਪਾਉਣੀ ਜਿਹੜੀ ਕਟੋਰੀ ਆ ਬੇਸਣ ਦੀ ਲੈ ਲਈ ਹੈ ਅਤੇ ਜਿਹੜੀ ਆਪਾਂ ਕੜੀ ਹੈ ਦਹੀਂ ਜਾਂ ਲੱਸੀ ਤੋਂ ਵੀ ਬਣਾ ਸਕਦੇ ਹਾਂ ਜਿਹੜੀ ਲੱਸੀ ਹੈ ਆਪਾਂ ਥੋੜ੍ਹੀ ਜ਼ਿਆਦਾ ਲਵਾਂਗੇ ਫਿਰ ਪਾਣੀ ਐਡ ਨਹੀਂ ਕਰਾਂਗੇ ਵਿੱਚ ਕਰਾਂਗੇ ਲੋੜ ਮੁਤਾਬਕ ਬਾਅਦ 'ਚ ਜਦੋਂ ਕੜੀ ਆਪਣੀ ਉਬਲਣ ਲੱਗ ਜਾਂਦੀ ਹੈ ਅਗਰ ਲੱਗੇ ਤਾਂ ਪਾਣੀ ਐਡ ਆਪਾਂ ਉਹਦੇ 'ਚ ਵੀ ਕਰ ਸਕਦੇ ਹਾਂ ਪਰ ਘੱਟ ਪਾਣੀ ਦੀ ਵਰਤੋਂ ਹੁੰਦੀ ਹੈ ਜਦੋਂ ਆਪਾਂ ਲੱਸੀ ਦੀ ਕੜੀ ਬਣਾਈਏ ਪਰ ਹੁਣ ਇਹ ਕੜੀ ਹੈ ਜਿਹੜੀ ਆਪਾਂ ਦਹੀਂ ਤੋਂ ਬਣਾ ਰਹੇ ਹਾਂ ਅਤੇ ਇਸ ਲਈ ਆਪਾਂ ਇਹਦੇ ਵਿੱਚ ਪਾਣੀ ਵੀ ਜਿਹੜਾ ਮਿਕਸ ਕਰਾਂਗੇ ਲੋੜ ਦੇ ਮੁਤਾਬਿਕ ਅਤੇ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਵੱਡੇ ਬਾਊਲ ਦੇ ਵਿੱਚ ਜਿਹੜੀ ਆਪਣਾ ਦਹੀਂ ਅਤੇ ਬੇਸਣ ਆਪਾਂ ਪਾ ਲੈਂਦੇ ਹਾਂ ਪੌਣਾ ਕੱਪ ਮੈਂ ਪੌਣੀ ਕਟੋਰੀ ਬੇਸਣ ਦੀ ਅਤੇ ਇੱਕ ਫੁੱਲ ਕਟੋਰੀ ਜਿਹੜੀ ਦਹੀਂ ਦੀ ਲਈ ਹੈ ਚਲੋ ਹੁਣ ਆਪਾਂ ਇੱਕ ਵੱਡੇ ਬਾਊਲ 'ਚ ਇਹਨੂੰ ਮਿਕਸ ਕਰਦੇ ਹਾਂ ਇਹ ਬੇਸਣ ਜਿਹੜਾ ਆਪਾਂ ਛਾਣ ਕੇ ਲਵਾਂਗੇ ਮੈਂ ਆਲਰੇਡੀ ਜਿਹੜਾ ਬੇਸਣ ਹੈ ਛਾਣ ਕੇ ਰੱਖਿਆ ਹੋਇਆ ਹੈ ਅਤੇ ਤੁਸੀਂ ਨਾਲ ਦੀ ਨਾਲ ਵੀ ਛਾਣ ਸਕਦੇ ਹੋ ਅਤੇ ਛੰਨਣੀ ਰੱਖ ਕੇ ਅਤੇ ਹੁਣ ਆਪਾਂ ਅੱਛੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਸਪੂਨ ਜਿਹੜਾ ਧਨੀਏ ਪਾਊਡਰ ਦਾ ਐਡ ਕਰ ਲਾਂਗੇ ਅਤੇ ਹਾਫ ਸਪੂਨ ਆਪਾਂ ਕਰ ਲਿਆ ਇਹਦੇ ਵਿੱਚ ਨਮਕ ਦਾ ਬਾਕੀ ਜਿਹੜਾ ਨਮਕ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਐਡ ਕਰਾਂਗੇ ਅਤੇ ਹਾਫ ਸਪੂਨ ਆਪਾਂ ਕਰ ਲਾਂਗੇ ਇਹ ਰੈੱਡ ਮਿਰਚ ਦਾ ਅੱਛੇ ਤਰੀਕੇ ਨਾਲ ਮਿਕਸ ਕਰ ਲਾਂਗੇ ਜਦੋਂ ਆਪਾਂ ਬਣਾਉਂਦੇ ਹਾਂ ਪੰਜਾਬੀ ਕੜੀ ਫਿਰ ਆਪਾਂ ਜਿਹੜਾ ਦਹੀਂ ਅਤੇ ਬੇਸਣ ਇਕੱਲਾ ਮਿਕਸ ਕਰਦੇ ਹਾਂ ਆਪਾਂ ਇਹ ਚੀਜ਼ਾਂ ਨਹੀਂ ਪਾਉਂਦੇ ਪਰ ਰਾਜਸਥਾਨੀ ਕੜੀ ਇੱਦਾਂ ਪਹਿਲਾਂ ਹੀ ਇਹਨੂੰ ਮਿਕਸ ਕਰਕੇ ਬਣਾਉਂਦੇ ਹਾਂ ਅਤੇ ਹੁਣ ਆਪਾਂ ਇਹਦੇ ਵਿੱਚ 4 ਕਟੋਰੀਆਂ ਜਿਹੜੀ ਪਾਣੀ ਐਡ ਕਰ ਲਾਂਗੇ ਆਪਾਂ ਇਹਦੇ ਵਿੱਚ ਹਲਦੀ ਵੀ ਜਿਹੜੀ ਐਡ ਕਰਨੀ ਹੈ ਅਤੇ ਮੈਂ ਪਾਉਣਾ ਪਹਿਲਾਂ ਭੁੱਲ ਗਈ ਸੀ ਹੁਣ ਆਪਾਂ ਐਡ ਕਰ ਲੈਂਦੇ ਹਾਂ ਇਹਦੇ ਵਿੱਚ ਹੀ ਆਪਾਂ ਹਲਦੀ ਮਿਰਚ ਨਮਕ ਅਤੇ ਧਨੀਆ ਪਾਊਡਰ ਮਿਕਸ ਕਰ ਲਿਆ ਪਹਿਲਾਂ ਹੀ ਅਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ 4 ਕਟੋਰੀ ਹੈ ਉਹ ਪਾਣੀ ਦੀ ਵੀ ਮਿਕਸ ਕਰ ਲਾਂਗੇ ਭਾਵੇਂ ਤੁਸੀਂ ਹੁਣ 2 ਕਰ ਲਓ ਬਾਅਦ 'ਚ ਜਦੋਂ ਕੜੀ ਆਪਣੀ ਬਣਨ ਲੱਗੀ ਨਾ ਉਦੋਂ ਵੀ ਆਪਾਂ ਜਿਹੜਾ ਪਾਣੀ ਹੈ ਵਿੱਚ ਮਿਕਸ ਕਰ ਸਕਦੇ ਹਾਂ ਹੁਣ ਜਿਵੇਂ ਮੈਂ 2 ਕਟੋਰੀ ਕੀਤੀ ਹੈ 2 ਕਟੋਰੀ ਵਿੱਚ ਜਿਹੜੀ ਮੈਂ ਬਾਅਦ 'ਚ ਕਰ ਲਾਂਗੀ ਜਦੋਂ ਕੜੀ ਆਪਣੀ ਉਬਲੇਗੀ ਬੇਸਣ ਦਹੀਂ ਨੂੰ ਘੋਲਣ ਤੋਂ ਬਾਅਦ ਹੁਣ ਆਪਾਂ ਅੱਗੇ ਗੈਸ ਵੱਲ ਗੈਸ 'ਤੇ ਮੈਂ ਜਿਹੜਾ ਸਰੋਂ ਦਾ ਤੇਲ ਸਰਸੋਂ ਦਾ ਤੇਲ ਗਰਮ ਹੋਣਾ ਰੱਖਤਾ ਸੀ ਤੇਲ ਅੱਛੇ ਤਰੀਕੇ ਨਾਲ ਗਰਮ ਹੋ ਗਿਆ ਧੂੰਆਂ ਇਹ 'ਚ ਉੱਠ ਚੁੱਕਿਆ ਕਿਉਂਕਿ ਸਰਸੋਂ ਦਾ ਤੇਲ ਜੋ ਧੂੰਆਂ ਉੱਠ ਜਾਣਾ ਚਾਹੀਦਾ ਤਾਂ ਕਿ ਜਿਹੜੀ ਇਹਦੀ ਸਮੈਲ ਹੁੰਦੀ ਹੈ ਤੇਲ ਦੀ ਫ੍ਰੈਗਰੈਂਸ ਹੁੰਦੀ ਹੈ ਉਹ ਖਤਮ ਹੋ ਜੇ ਇਹਦਾ ਕੱਚਾਪਣ ਦੂਰ ਹੋ ਜੇ ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ 'ਚ ਪਾਵਾਂਗੇ ਜੀਰਾ ਇੱਕ ਸਪੂਨ ਜਿਹੜਾ ਜੀਰੇ ਦਾ ਪਾ ਲਿਆ ਅਤੇ ਆਪਾਂ ਇਹਦੇ 'ਚ ਪਾਵਾਂਗੇ ਅਜਵਾਇਣ ਆਪਾਂ ਹਾਫ ਸਪੂਨ ਅਜਵਾਇਣ ਦਾ ਪਾ ਲਿਆ ਅਤੇ ਥੋੜ੍ਹੀ ਜਿਹੀ ਆਪਾਂ ਨੇ ਇੰਨੀ ਕੁ ਪਾ ਲਿਆ ਮੇਥੀ ਦਾਣਾ ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 2 ਲੌਂਗ ਅਤੇ ਦਾਲਚੀਨੀ ਅਤੇ ਆਪਾਂ ਇਹਦੇ ਵਿੱਚ ਪਾਵਾਂਗੇ ਰਾਈ ਰਾਈ ਹੈ ਜਿਹੜੀ ਬਹੁਤ ਜ਼ਰੂਰੀ ਹੈ ਅਤੇ ਹੁਣ ਆਪਾਂ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਹਿੰਗ ਇਹ ਸਾਰਾ ਕੁਝ ਭੁੱਜ ਚੁੱਕਾ ਹੈ ਕਿਉਂਕਿ ਤੇਲ ਬਹੁਤ ਅੱਛੇ ਤਰੀਕੇ ਨਾਲ ਗਰਮ ਹੋ ਗਿਆ ਸੀ ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਲਸਣ ਕੱਟਿਆ ਹੋਇਆ ਫਰੈਸ਼ ਅਤੇ ਆਪਾਂ ਪਾ ਦਿੱਤਾ ਇਹਦੇ ਵਿੱਚ ਲਸਣ ਕੜੀ 'ਚ ਲਸਣ ਬਹੁਤ ਜ਼ਰੂਰੀ ਹੈ ਪਾਉਣਾ ਚਾਹੀਦਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕੱਟਿਆ ਹੋਇਆ ਅਦਰਕ ਅਤੇ ਹੁਣ ਆਪਾਂ ਇਹ ਸਾਰਾ ਕੁਝ ਭੁੱਜ ਚੁੱਕਿਆ ਆਪਾਂ ਇਹਦੇ 'ਚ ਪਾ ਦਾਂਗੇ ਪਿਆਜ਼ ਦੇਖੋ ਇਹ ਪਿਆਜ਼ ਜਿਹੜੇ ਮੈਂ ਪਾ ਰਹੀ ਹਾਂ ਵੈਸੇ ਜਦੋਂ ਆਪਾਂ ਰਾਜਸਥਾਨੀ ਕੜੀ ਬਣਾਉਂਦੇ ਹਾਂ ਪਿਆਜ਼ ਆਪਾਂ ਸਕਿੱਪ ਕਰ ਸਕਦੇ ਕੋਈ ਜ਼ਰੂਰੀ ਨਹੀਂ ਪਰ ਮੈਂ ਇੱਕ ਛੋਟਾ ਪਿਆਜ਼ ਆ ਜਿਹੜਾ ਕੱਟ ਕੇ ਲੈ ਲਿਆ ਅਤੇ ਉਹ ਪਾ ਦਿੱਤਾ ਇਹਦੇ ਵਿੱਚ ਅਤੇ ਹੁਣ ਆਪਾਂ ਅੱਛੇ ਤਰੀਕੇ ਨਾਲ ਇਹਨੂੰ ਭੁੰਨਾਂਗੇ ਪਿਆਜ਼ ਆਪਣਾ ਭੁੱਜ ਹੋ ਰਿਹਾ ਅਤੇ ਆਪਾਂ 2 ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਦਾਂਗੇ ਨਾਲ ਹੀ ਭੁੰਨ ਲਾਂਗੇ ਪਿਆਜ਼ ਆਪਣਾ ਭੁੱਜ ਗਿਆ ਤਾਂ ਮੈਂ ਹੁਣ ਬਿਲਕੁਲ ਮਾੜੀ ਜਿਹੀ ਇਹਦੇ ਵਿੱਚ ਹਲਦੀ ਪਾਈ ਹੈ ਅਤੇ ਆਪਾਂ ਥੋੜ੍ਹੀ ਜਿਹੀ ਮੈਂ ਪਾਈ ਹੈ ਰੈੱਡ ਮਿਰਚ ਜਿਹੜੀ ਰਾਜਸਥਾਨੀ ਕੜੀ ਹੈ 'ਚ ਮਿਰਚ ਬਹੁਤ ਜ਼ਿਆਦਾ ਪੈਂਦੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੀ ਮਿਰਚ ਪਾ ਸਕਦੇ ਹੋ ਮੈਂ ਬਿਲਕੁਲ ਥੋੜ੍ਹੀ ਜਿਹੀ ਪਾਈ ਹੈ ਅਤੇ ਹੁਣ ਆਪਾਂ ਆਪਣਾ ਦਹੀਂ ਅਤੇ ਬੇਸਣ ਵਾਲਾ ਜਿਹੜਾ ਘੋਲ ਹੈ ਉਹ ਵਿੱਚ ਐਡ ਕਰ ਦਾਂਗੇ ਇਹ ਘੋਲ ਨੂੰ ਆਪਾਂ ਹਿਲਾ ਕੇ ਕਿਉਂਕਿ ਬੇਸਣ ਹੈ ਜਿਹੜਾ ਥੱਲੇ ਬਹਿ ਜਾਂਦਾ ਅਤੇ ਹੁਣ ਆਪਾਂ ਲਗਾਤਾਰ ਹਿਲਾਉਂਦੇ ਰਹਾਂਗੇ ਅਤੇ ਪਾਣੀ ਮੈਂ ਪਹਿਲਾਂ 2 ਕਟੋਰੀਆਂ ਪਈਆਂ ਸੀ ਮੈਂ ਹੁਣ ਇਸ ਟਾਈਮ ਜਿਹੜਾ ਪਾਣੀ ਐਡ ਕਰ ਦਾਂਗੀ 2 ਕਟੋਰੀਆਂ ਹੋਰ
ये देखो दो कटोरी जिहड़ी पानी दी आपां होर ऐड कर दांगे इहदे विच ते हलाउंदे रहांगे कि जिहड़ी ये कढ़ी है इहदे आपां अपने लोड़ दे मुताबिक जिन्नी आपां कढ़ी जिद्दां दी लाइक करदे आ उहदे हिसाब नाल भी जिहड़ा पानी ऐड करांगे। कई थोड़ा पतली पसंद करते हैं, थोड़ी कई थोड़ी जी थिक पसंद करते हैं, वो अकॉर्डिंग जोड़ा पानी करा। तो हूँ आप लगातार हिलाते रहेंगे जदों तक कढ़ी अपनी रिजण उबलन नहीं लग जाती। ये देखो कढ़ी है जी अपनी उबलन लग गई, हूँ आपू अद्धा घंटा उबलन देवे, बिच बिच आप हिलावे इनू, तो अपनी लोड़ के मुताबिक जिनी आपू पतली थिक चाहिए है उस अकॉर्डिंग आपी ऐड कर लेंगे। तो हूँ आप कढ़ी लिए बना लें पकौड़े। देखो ये कढ़ी आप राजस्थानी बना रहे हैं पर आपी टच देवे, पंजाबी है जी पकौड़े वाली कढ़ी है बहुत पसंद करते हैं, तो आप पकौड़े बनावे जरूर। पकौड़े बनाने लिए मैं इन्ना का जो बेसन लै लिया उस कढ़ी वाले बाउल से, जिसे पहला आपने घोलिया बेसन से दही तो हल्दी पा ली, तो नमक पा लिया, अगर तुम मिर्च पानी चाहते हो तो पा सकते हो, तो थोड़ी जी कसूरी मेथी, तो हूँ पानी पा के एक पेस्ट बना लाँगे। ये देखो पानी पा के आप पेस्ट बना लिया इहदा, ते हुण इहदे तल लैंदे आप पकौड़े। ये आप एक कड़ाही दे विच तेल लै लिया, तेल गर्म हो चुके है, मैं विच पा के देख लिया ये थोड़ा जिहा पे अपना पकौड़िया वाला पेस्ट, तेल परफेक्ट गर्म है। तो हुण आप अपने जिहड़े सारे पकौड़े हैं ये विच तल लाँगे, जिन्ने एक भी आकार दे पकौड़े हैं जिहड़े बनाउणे चाहुंदे उन्ने पा लाँगे। तो बस हिला के तो कढ़ी में अपनी अद्धा घंटा हो गया रिजदे हुए, कढ़ी है जी रिज के ही अच्छी बनती है जिन्ना टाइम आप रखीए। तो हूँ आप पकौड़े हैं जोड़े अपने नाल नाल पा लाँगे। इदा इन्हों की एक साइड जो पक गई तो आप इनकी दूजी साइड है जी पलट लाँगे। देखो इस तो पहला मैं जी एक थोड़े नाल शेयर की हुई है पंजाबी कढ़ी की जी रेसिपी, वह भी तो तुसी अगर पंजाबी तरीके ना कढ़ी बनानी चाहते हो तो तुसी पंजाबी तरीके वाली कढ़ी भी मेरे चैनल तो देख सकते हो। वैसे तो सेम ही है, बस थोड़ा जी राजस्थानी कढ़ी है ये मिर्च है जी ज़्यादा पाने जहाँ शुरू के जो आप बेसन के नहीं आप घोलते नमक वगैरह ये सारा कुछ उदों ही घोल लें बिच। तो चलो जी आप इदा सारे अपने जो पकौड़े तैयार कर लाँगे तो कढ़ी के मिक्स कर देंगे। ये देखो कढ़ी अपनी बन के तैयार होगी, हुण आपां लास्ट च पावांगे इहदे च कसूरी मेथी ते अपने बनाए हुए जिहड़े पकौड़े वह पा देंगे विच। देखो कितनी अच्छी जिहड़ी अपनी कढ़ी बन के तैयार हुई है, राजस्थानी कढ़ी जिहड़ी आपां बनाई है। ते तुहानू मेरी ये कढ़ी बनाउण दा तरीका अच्छा लग्या मैनू अपने कमेंट्स राहीं जरूर दसना, ते मेरे चैनल नू सबसक्राइब करना, मेरी वीडियो नू लाइक ते शेयर करना। मेरी वीडियो देखने लई तुहाडा बहुत बहुत धन्यवाद, थैंक यू। सारे जने खुश रहो तो हमेशा हंसते वसते रहो। तो हुण एक लास्ट का जिहड़ा तड़का मैं तुहानू वह अजे दिखाउणा है, तो प्लीज़ अजे रुके रहो। ये देखो मैं पैन दे विच फिर थोड़ा जिहा जिहड़ा कड़ाही दे विच घिओ लै लिया, तुसीं अपनी चॉइस अनुसार कोई भी घिओ लै सकते हो, देसी घिओ वरत सकते हो। तो इहदे विच मैं दो पावांगी साबतियां मिर्चां, लाल मिर्चां सुकियां, ते इहनूं फ्राई करांगे आपां। मिर्चा फ्राई हो गई, तो हूँ आप जी रैड मिर्च है थोड़ी जी वह पावे, तो हूँ आपू कढ़ी के उत्ते पावे। गैस मैं बंद कर दिता क्योंकि मिर्च बहुत जल्दी जी जल जाती है, तुम मिर्च ज़्यादा भी पा सकते हो पर मैं बिल्कुल थोड़ी जी पा रही हाँ। ये हूँ आप अपना कढ़ी के उत्ते पा देंगे। ये देखो कितनी अच्छी जी अपनी कढ़ी बन के तैयार हो गई है। मेरी वीडियो देखने तुहाडा बहुत बहुत धन्यवाद, थैंक यू।